हाँ जी, अज थोनों मैक्स सिल्वर ब्रिज च आपां जो फ्लैट दिखाउण जा रहे हैं, ये 1180 स्क्वेयर फुट का बनया हुआ है। तो वैसे तो सारे बिके हुए ने फ्लैट, प्री सेल च मिलते हैं हुण तां। ये मेरा मित्र है, सत श्रीकाल, किवें आ बई? ऐसे ना की हाल होर? वधिया बई, वधिया। अच्छा तुसीं बई, आपां ये भाजी ने अपना गिप्पी सदेवड़ा जी, तो इन्होंने फ्लैट लिया सी, कदों लिया सी वीरे? आपां आपां हो गए 8-9 साल हो गए। 8-9 साल हो गए। की प्राइस सी उदों? ਉਦੋਂ ਆਪਾਂ ਲਿਆ ਸੀ ਇਹ 30 ਲੱਖ ਦੇ ਨੇੜੇ ਤੇੜੇ ਲਿਆ ਸੀ। 30 ਲੱਖ ਦੇ ਨੇੜੇ ਤੇੜੇ ਲਿਆ। ਅੱਜ ਦੇ ਟਾਈਮ 'ਚ ਕੀ ਕੀਮਤ ਹੈ ਇਹਦੀ ਰੀਸੇਲ? ਅੱਜ ਹੋ ਗਈ ਵੀਰੇ 46 ਲੱਖ ਰੁਪਇਆ। 46 ਲੱਖ ਰੁਪਇਆ। ਹਾਂ ਆਹ ਦੇਖੋ ਜੀ, ਮਤਲਬ ਕਹਿਣ ਦਾ ਮਤਲਬ ਸਾਡਾ ਆ ਹੈ ਵੀ ਮੈਕਸ 'ਚ ਜੋ ਪ੍ਰਾਪਰਟੀ ਪ੍ਰਾਈਜ਼ ਨੇ ਇੱਕਦਮ ਵੱਧਦੇ ਨੇ। ਲਾਈਟ ਬਾਲ ਦੇ ਅਤੇ 1180 ਸਕੇਅਰ ਫੁੱਟ 'ਚ ਬਣਿਆ ਹੋਇਆ ਇਹ ਫਲੈਟ। ਅਤੇ ਆਹ ਕਿਚਨ ਹੈ, ਇਹ ਪਰਦਾ ਤਿਆਰ ਕਰਾਇਆ ਹੋਇਆ ਇਸ ਪਾਸੇ ਫਰਨੀਚਰ। ਹਾਂ ਇਹ ਇੱਧਰੋਂ ਆ, ਇਹ ਤਿਆਰ ਕਰਾਇਆ ਹੋਇਆ ਅਤੇ ਇਹ ਮੈਕਸ ਆਪਣਾ ਲਾ ਕੇ ਦਿੰਦੀ ਹੈ ਪਹਿਲਾਂ। ਤੇ ਜਿਹੜੇ ਆਲੇ ਕਪਬੋਰਡ ਮੇ ਜਿੱਥੇ ਮੈਂ ਖਿਲਾ ਰਿਹਾ ਤੇ ਇਹ ਬਾਅਦ ਚ ਬਣਵਾਏ ਨੇ। ਤੇ ਆ ਬੈਡਰੂਮ ਆ ਜਾਂਦਾ ਹੈ। ਵਾਸ਼ਰੂਮ ਜੈਗੁਆਰ ਵਗੈਰਾ ਦੇ ਟੈਪਸ ਵਗੈਰਾ ਕੰਪਨੀ ਲਾ ਕੇ ਦਿੰਦੀ ਹੈ, ਆਲਰੇਡੀ ਸਾਰਾ ਕੰਪਨੀ ਤਿਆਰ ਕਰਕੇ ਦਿੰਦੀ ਹੈ। ਅਤੇ ਆਹ ਬਾਲਕੋਨੀ ਆ ਜਾਂਦੀ ਹੈ ਵਿੱਚ। ਇਹ ਐਕਚੁਅਲ 'ਚ ਜੋ ਅਸੀਂ ਤੁਹਾਨੂੰ ਫਲੈਟ ਦਿਖਾ ਰਹੇ ਨੇ ਇਹ ਸੈਕਿੰਡ ਫਲੋਰ ਆ ਆਪਣੀ, ਅਤੇ ਸੇਮ ਹੀ ਫਲੈਟ ਨੇ ਨੀਚੇ ਫਸਟ ਸੈਕਿੰਡ ਗਰਾਊਂਡ ਫਲੋਰ 1180 ਸਕੇਅਰ ਫੁੱਟ ਦਾ ਵਿਹੜਾ। ਅਤੇ ਸੈਕਿੰਡ ਦਾ ਜਦੋਂ ਆਪਾਂ ਉੱਪਰ ਜਾਂਦੇ ਨੇ ਤਾਂ ਉੱਪਰ ਟੈਰਿਸ 'ਚ ਆਪਣੀ ਸਪੇਸ ਹੋ ਜਾਂਦੀ ਹੈ, 60% ਹੋ ਜਾਂਦੀ ਹੈ। ਇਹ ਦੇਖੋ ਪੂਰਾ ਖੁੱਲ੍ਹਾ ਫਲੈਟ ਆ 1180 ਸਕੇਅਰ ਫੁੱਟ, ਜਦਕਿ ਇਹ ਜੋ ਸਾਈਜ਼ ਹੈ ਇਹ ਮੈਕਸ ਦਾ ਸਟਾਰਟਿੰਗ ਸਾਈਜ਼ ਹੈ। ਇੱਧਰ ਬਾਥਰੂਮ ਅਟੈਚ ਹੋ ਜਾਂਦਾ ਇੱਧਰ। ਜਿਵੇਂ ਜਿਵੇਂ ਪ੍ਰੋਗਰਾਮ ਫੋਲੋ ਕਰਦੇ ਗੁਰੂ ਨੂੰ ਕਹਿੰਦੇ ਨੇ ਟ੍ਰੈਂਡ ਵੱਲੀਏ। ਠੀਕ ਹੈ ਬਸ। ਸੋ ਤੁਸੀਂ ਫਲੈਟ ਦੇਖ ਰਹੇ ਹੋ ਤਕਰੀਬਨ, ਹੈ ਨਾ? ਅਤੇ ਇਹ ਫਲੈਟ ਨੇ, ਇਹ ਸਾਰੇ ਵੈਸੇ ਤਾਂ ਸੇਲ ਹੋ ਗਏ ਨੇ ਫਲੈਟ, ਰੀਸੇਲ 'ਚ ਹੀ ਮਿਲਦੇ ਨੇ। ਸੋ ਕਿਸੇ ਨੇ ਲੈਣਾ ਹੋਵੇ ਤਾਂ ਅਸੀਂ ਆਪਣਾ ਨੰਬਰ ਥੱਲੇ ਪਾ ਦਿੰਦੇ ਹਾਂ, ਤੁਸੀਂ ਕਰ ਸਕਦੇ ਹੋ ਫੋਨ ਸਾਨੂੰ। ਚਲੋ ਬਾਕੀ ਹੋਰ ਜੋ ਮੈਕਸ ਵਿੱਚ ਫਲੈਟ ਵਗੈਰਾ ਬਣੇ ਹੋਏ ਨੇ ਅਤੇ ਉਹਨਾਂ ਦੀਆਂ ਡਿਟੇਲਾਂ ਆਪਾਂ ਤੁਹਾਨੂੰ ਦਿੰਦੇ ਰਹਿੰਦੇ ਨੇ, ਜੋ ਅੱਗੇ ਆਉਣੇ ਨੇ ਪ੍ਰੋਜੈਕਟ ਉਹ ਵੀ ਸਾਰੇ ਆਪਾਂ ਤੁਹਾਨੂੰ ਦੱਸਦੇ ਰਹਿੰਦੇ ਹਰ ਇੱਕ ਵੀਡੀਓ 'ਚ। ਸੋ ਬਣੇ ਰਹੋ, ਧੰਨਵਾਦ।